ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ 'ਚ। ਅੱਜ ਮੇਰੇ ਨਾਲ ਇੱਕ ਹੋਰ ਨਵੇਂ ਸਟੂਡੈਂਟ ਜੁੜ ਚੁੱਕੇ ਨੇ ਵੀਜ਼ਾ ਲੈਣ ਲਈ, ਸਿਮਰਨ ਕੌਰ ਜੋ ਆਏ ਨੇ ਫਗਵਾੜਾ ਤੋਂ। ਅਤੇ ਇਹਨਾਂ ਨੇ ਸਾਡੀ ਮੋਗਾ ਬ੍ਰਾਂਚ ਵਿਜ਼ਿਟ ਕੀਤਾ ਸੀ, ਅਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਵੀਜ਼ਾ ਹੈਂਡ ਓਵਰ ਕਰਦੇ ਹਾਂ। ਕੰਗ੍ਰੈਚੁਲੇਸ਼ਨ ਸਿਮਰਨ। ਸਿਮਰਨ, ਕਿਵੇਂ ਰਿਹਾ ਲੈਂਡਮਾਰਕ ਨਾਲ ਐਕਸਪੀਰੀਅੰਸ, ਸਰਵਿਸਿਜ਼ ਕਿਵੇਂ ਦੀਆਂ ਰਹੀਆਂ, ਔਰ ਤੁਹਾਡਾ ਮਤਲਬ ਕਿ ਤੁਹਾਨੂੰ ਲੈਂਡਮਾਰਕ ਦਾ ਪਤਾ ਕਿਵੇਂ ਲੱਗਿਆ ਸੀ? ਲੈਂਡਮਾਰਕ ਮੈਨੂੰ ਮੇਰੀ ਮਦਰ ਇਨ ਲਾਅ ਨੇ ਰਿਕਮੈਂਡ ਕੀਤਾ ਸੀ, ਕਿਉਂਕਿ ਉਹ ਵੀਡੀਓਜ਼ ਦੇਖਦੇ ਰਹਿੰਦੇ। ਉਹਨਾਂ ਨੇ ਕਿਹਾ ਸੀ ਉੱਥੇ ਚਲੇ ਜਾਓ, ਬਹੁਤ ਵਧੀਆ ਸਰਵਿਸ ਦਿੰਦੇ ਆ। ਫਿਰ ਅਸੀਂ ਮੋਗਾ ਬ੍ਰਾਂਚ 'ਚ ਵਿਜ਼ਿਟ ਕੀਤਾ ਸੀਗਾ। ਉਹਦੇ ਬਾਅਦ ਫਾਈਲ ਲੱਗੀ, ਆਯੂਸ਼ ਮੈਮ ਨੇ ਬਹੁਤ ਹੈਲਪ ਕੀਤੀ। ਉਹ ਮੇਰੇ ਕੇਸ ਫਾਈਲਿੰਗ ਆਫਿਸਰ ਸੀਗੇ, ਜਦੋਂ ਵੀ ਮੈਂ ਫੋਨ ਕਰਦੀ ਸੀ ਫੋਨ ਚੱਕਦੇ ਸੀਗੇ। ਐਂਡ ਵੀਜ਼ਾ ਆ ਗਿਆ, ਫਾਈਲ ਲੱਗਣ ਤੋਂ ਮਤਲਬ ਬਾਇਓਮੈਟ੍ਰਿਕਸ ਤੋਂ 6 ਦਿਨ ਬਾਅਦ ਹੀ ਵੀਜ਼ਾ ਆ ਗਿਆ। ਓਕੇ, ਅਤੇ ਤੁਹਾਡੀ ਇੰਡੀਆ ਦੀ ਸਟੱਡੀ ਕੀ ਸੀਗੀ, ਹੁਣ ਕਿਹੜੇ ਕਾਲਜ 'ਚ ਜਾ ਰਹੇ ਹੋ, ਕੋਰਸ ਕੀ ਦਿੱਤਾ ਤੁਹਾਨੂੰ, ਔਰ ਆਈਲਸ ਪੈਨ ਸਕੋਰ ਕੀ ਸੀ ਤੁਹਾਡੇ? ਮੈਂ ਇੱਥੋਂ ਮੇਰੀ ਬੀ ਕੌਮ ਗ੍ਰੈਜੂਏਟ ਅਕਾਊਂਟਸ ਓਨਰਸ, ਅਤੇ ਮੈਂ ਸੀ ਏ ਇੰਟਰ ਕੀਤੀ ਹੋਈ ਹੈ, 3 ਸਾਲ ਸੀ ਏ ਇੰਟਰਨਸ਼ਿਪ ਵੀ ਕੀਤੀ ਹੋਈ ਹੈ। ਉਹਦੇ ਬਾਅਦ ਮੇਰੇ ਆਈਲੈਟ ਸਕੋਰਸ ਓਵਰਆਲ 7 ਬੈਂਡਸ, ਐਂਡ ਹੁਣ ਮੈਂ ਜਾ ਰਹੀ ਹਾਂ ਸਰੀ ਵਿੱਚ। ਮੇਰੇ ਕਾਲਜ ਦਾ ਨਾਮ ਹੈ ਜਸਟਿਸ ਇੰਸਟੀਟਿਊਟ ਆਫ ਬ੍ਰਿਟਿਸ਼ ਕੋਲੰਬੀਆ, ਐਂਡ ਮੇਰਾ ਕੋਰਸ ਹੈ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਡਿਜ਼ਾਸਟਰ ਮੈਨੇਜਮੈਂਟ। ਓਕੇ, ਸਿਮਰਨ, ਜਿਹੜੇ ਸਾਡੇ ਵਿਊਸ ਦੇਖਦੇ ਨੇ ਉਹਨਾਂ ਨੂੰ ਕੀ ਰਿਕਮੈਂਡ ਕਰਨਾ ਚਾਹੁੰਦੇ ਹੋ, ਕਿ ਜਿਵੇਂ ਤੁਸੀਂ ਸਾਡੀ ਬ੍ਰਾਂਚ ਵਿਜ਼ਿਟ ਕੀਤਾ ਮੋਗਾ ਦੇ 'ਚ, ਔਰ ਤੁਹਾਨੂੰ ਸੁਜੈਸਟ ਕੀਤਾ ਸੀ ਤੁਹਾਡੀ ਮਦਰ ਇਨ ਲਾਅ ਨੇ, ਹੈ ਨਾ, ਅਤੇ ਉਹਨਾਂ ਨੇ ਵੀਡੀਓਜ਼ ਦੇਖੀਆਂ, ਅਤੇ ਸਾਡੇ ਜਿਹੜੇ ਵਿਊਸ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਸਭ ਨੂੰ ਕਹਿਣਾ ਚਾਹੁੰਦੀ ਹਾਂ, ਜਿਹਨੇ ਵੀ ਆਪਣਾ ਵੀਜ਼ਾ ਲਗਵਾਉਣਾ ਹੈ, ਪਲੀਜ਼ ਮੋਹਾਲੀ ਆਫਿਸ ਆ ਕੇ ਜ਼ਰੂਰ ਵਿਜ਼ਿਟ ਕਰੋ, ਅਤੇ ਬਹੁਤ ਹੈਲਪਫੁਲ ਨੇ, ਵੀਜ਼ਾ ਜ਼ਰੂਰ ਆਏਗਾ। ਓਕੇ, ਅਤੇ ਜਿਵੇਂ ਸਿਮਰਨ ਨੇ ਦੱਸਿਆ ਕਿ ਉਹਨਾਂ ਨੇ ਸਾਡੇ ਪਹਿਲਾਂ ਮੋਗਾ ਬ੍ਰਾਂਚ ਵਿਜ਼ਿਟ ਕੀਤਾ, ਦੈਨ ਉਹਨਾਂ ਦਾ ਫਾਈਲਿੰਗ ਪ੍ਰੋਸੈਸ ਮੋਹਾਲੀ ਆਫਿਸ 'ਚ ਹੋਇਆ, ਅਤੇ ਉਹਨਾਂ ਦਾ ਟਰੱਸਟ ਬਣਿਆ ਰਿਹਾ, ਅਤੇ ਅੱਜ ਉਹਨਾਂ ਦਾ ਵੀਜ਼ਾ ਉਹਨਾਂ ਦੇ ਹੱਥ 'ਚ ਹੈ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬਾਹਰ ਜਾਣ ਦਾ ਸੁਪਨਾ ਪੂਰਾ ਹੋਵੇ, ਤਾਂ ਤੁਸੀਂ ਸਾਡੇ ਕਿਸੇ ਵੀ ਨਜ਼ਦੀਕੀ ਲੈਂਡਮਾਰਕ ਇਮੀਗ੍ਰੇਸ਼ਨ ਦੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਸੋ ਮਚ।